ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ, ਜਿਹੜੀ ਖਬਰ ਤੁਹਾਡੇ ਸਾਹਮਣੇ ਅੱਜ ਪੇਸ਼ ਕਰਨ ਲੱਗੇ ਹਾਂ, ਜਿਹੜੀ ਸਟੋਰੀ ਤੁਹਾਡੇ ਅੱਗੇ ਪੇਸ਼ ਕਰਨ ਲੱਗੇ ਹਾਂ, ਇੱਕ ਸਟੋਰੀ ਦੱਸਦੀ ਹੈ ਕਿ ਜਦ ਕਿਸੇ ਨੌਜਵਾਨ ਦੇ ਮਨ ਵਿੱਚ ਕੋਈ ਜਜ਼ਬਾ ਹੁੰਦਾ ਹੈ, ਜਦ ਕੋਈ ਸ਼ੌਂਕ ਹੁੰਦਾ ਹੈ, ਤਾਂ ਉਹ ਆਪਣੇ ਪੁਰਾਣੇ ਤਜ਼ਰਬਿਆਂ ਨੂੰ ਵੀ ਪਿੱਛੇ ਰੱਖ ਦਿੰਦਾ ਹੈ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਕੰਮ ਦਾ ਤੁਹਾਨੂੰ ਸ਼ੌਂਕ ਹੋਵੇ, ਜੇ ਤੁਸੀਂ ਉਸਨੂੰ ਆਪਣਾ ਕਿੱਤਾ ਬਣਾ ਲਓ, ਤਾਂ ਤੁਸੀਂ ਪਹਿਲਾਂ ਨਾਲੋਂ ਜ਼ਿਆਦਾ ਨਿਖਰ ਜਾਂਦੇ ਹੋ, ਪਹਿਲਾਂ ਨਾਲੋਂ ਜ਼ਿਆਦਾ ਤਰੱਕੀ ਕਰਦੇ ਹੋ। ਦੱਸ ਦਈਏ, ਇੱਕ ਨੌਜਵਾਨ ਜਿਸਨੇ ਇੰਗਲਿਸ਼ ਵਿੱਚ ਐੱਮ ਏ ਕੀਤੀ ਹੋਈ ਸੀਗੀ, ਜੋ ਕਿ ਇੱਕ ਪ੍ਰੋਫੈਸਰ ਸੀ, ਉਸਨੇ ਆਪਣੀ ਨੌਕਰੀ ਛੱਡ ਕੇ ਇੱਕ ਫੂਡ ਟਰੱਕ ਸ਼ੁਰੂ ਕੀਤਾ ਹੈ, ਫਾਸਟ ਫੂਡ ਦਾ ਕੰਮ ਸ਼ੁਰੂ ਕੀਤਾ, ਜਿਸ ਦੀ ਉਸਨੇ ਪਹਿਲਾਂ ਬਕਾਇਦਾ ਟ੍ਰੇਨਿੰਗ ਲਈ ਹੈ। ਤੁਸੀਂ ਉਹ ਗੀਤ ਤਾਂ ਸੁਣਿਆ ਹੋਣਾ ਕਿ ਲਵ ਯੂ ਟਰੱਕ ਭਰ ਕੇ, ਇਸ ਟਰੱਕ ਵਿੱਚ ਲਵ ਯੂ ਟਰੱਕ ਭਰ ਕੇ ਤਾਂ ਹੈ, ਲੇਕਿਨ ਇਹ ਨੌਜਵਾਨ ਵੱਖੋ ਵੱਖ ਤਰ੍ਹਾਂ ਦੀਆਂ ਫੂਡ ਆਈਟਮਸ ਤਿਆਰ ਕਰਦਾ, ਫਾਸਟ ਫੂਡ ਆਈਟਮਸ ਤਿਆਰ ਕਰਦਾ, ਅਤੇ ਨਿਵੇਕਲੇ ਢੰਗ ਦੀ ਪ੍ਰੈਜੈਂਟੇਸ਼ਨ ਦੇ ਨਾਲ ਲੋਕਾਂ ਦਾ ਦਿਲ ਜਿੱਤ ਲੈਂਦਾ। ਦੱਸਦੀ, ਗੁਰਦਾਸਪੁਰ ਦੇ ਬਟਾਲਾ 'ਚ ਇਸ ਨੌਜਵਾਨ ਨੇ ਰੇਹੜੀ ਨਹੀਂ, ਰੈਸਟੋਰੈਂਟ ਨਹੀਂ, ਸਗੋਂ ਕਿ ਇੱਕ ਫਾਸਟ ਫੂਡ ਟਰੱਕ ਖੋਲ੍ਹਿਆ, ਜਿੱਥੇ ਵੱਖੋ ਵੱਖ ਤਰੀਕੇ ਦੇ ਇਹ ਫੂਡ ਆਈਟਮਸ ਨੌਜਵਾਨਾਂ ਅਤੇ ਫਾਸਟ ਫੂਡ ਲਵਰਸ ਦੇ ਅੱਗੇ ਪੇਸ਼ ਕਰਦਾ ਹੈ। ਇਸ ਨੌਜਵਾਨ ਨੇ ਪਹਿਲਾਂ ਐੱਮ ਏ ਇੰਗਲਿਸ਼ ਵਿੱਚ ਕੀਤੀ ਸੀਗੀ, ਉਸ ਤੋਂ ਬਾਅਦ ਜਲੰਧਰ ਦੇ ਕਾਲਜ ਵਿੱਚ ਨੌਕਰੀ ਵੀ ਕੀਤੀ, ਲੇਕਿਨ ਮਨ ਵਿੱਚ ਇਹ ਸੀ ਕਿ ਕੋਈ ਆਪਣਾ ਕਾਰੋਬਾਰ ਸ਼ੁਰੂ ਕਰਨਾ, ਤਾਂ ਨੌਕਰੀ ਛੱਡ ਕੇ ਫਾਸਟ ਫੂਡ ਟਰੱਕ ਖੋਲ੍ਹਿਆ, ਜਿਸ ਦੀਆਂ ਇਸਨੇ ਬਕਾਇਦਾ ਕਲਾਸਾਂ ਲਈਆਂ, ਕੁਕਿੰਗ ਕੋਰਸ ਕੀਤਾ, ਅਤੇ ਹੁਣ ਆਪਣਾ ਕੰਮ ਸ਼ੁਰੂ ਕੀਤਾ ਹੈ। ਇਸ ਫੂਡ ਟਰੱਕ ਦੇ ਦੂਰ ਦੂਰ ਤੱਕ ਚਰਚੇ ਹਨ, ਅਤੇ ਦੂਰੋਂ ਦੂਰੋਂ ਇੱਥੇ ਟੇਸਟੀ ਫੂਡ ਖਾਣ ਲਈ ਲੋਕ ਪਹੁੰਚਦੇ ਹਨ, ਅਤੇ ਇਹੀ ਗੱਲ ਆਖਦੇ ਨੇ ਕਿ ਜਿਹਨੂੰ ਪੈਸਾ ਕਮਾਉਣ ਦਾ ਤਰੀਕਾ ਉਹਦਾ ਇੰਡੀਆ ਹੀ ਅਮਰੀਕਾ। ਦਿਖਾਉਂਦੇ ਜੀ ਪੂਰੀ ਰਿਪੋਰਟ। ਮੇਰਾ ਨਾਮ ਸਿਓਨ ਹੈ। ਆਈਡੀਆ ਜਿਹੜਾ ਆ, ਇਹ ਫੋਰਨ ਦਾ ਆਈਡੀਆ ਹੈ, ਫੂਡ ਬਸਿਸ ਦਾ, ਫੂਡ ਟਰੱਕਸ ਦਾ। ਸੋ ਅਸੀਂ ਵੀ ਉਸੇ ਟ੍ਰੈਂਡ ਨੂੰ, ਅਸੀਂ ਵੀ ਉਸੇ ਚੀਜ਼ ਨੂੰ ਫੋਲੋ ਕਰਦੇ ਹੋਏ ਸੋਚਿਆ ਕਿ ਇੱਕ ਆਪਣਾ ਬਿਜ਼ਨਸ ਸੈਟਅਪ ਕੀਤਾ ਜਾਵੇ, ਸੋ ਆਪਣੇ ਹੀ ਹੋਮ ਅਰਥ ਦੇ ਉੱਤੇ। ਸੋ ਇਸ ਕਰਕੇ ਅਸੀਂ ਜਿਹੜਾ ਬਿਜ਼ਨਸ ਖੋਲ੍ਹਣ ਦੀ ਸੋਚੀ। ਤੁਸੀਂ ਆਪਣੇ ਬਾਰੇ ਦੱਸੋਗੇ ਥੋੜ੍ਹਾ ਜਿਹਾ, ਤੁਸੀਂ ਪਹਿਲੇ ਕੀ ਕਰਦੇ ਸੀਗੇ, ਤੁਹਾਡੀ ਐਜੂਕੇਸ਼ਨ? ਮੈਂ ਪੋਸਟ ਗ੍ਰੈਜੂਏਟ ਹਾਂ ਇੰਗਲਿਸ਼ ਦੇ ਵਿੱਚ, ਅਤੇ ਮੈਂ ਪਹਿਲਾਂ ਜੋਬ ਕਰਦਾ ਸੀਗਾ, ਇੰਗਲਿਸ਼ ਪ੍ਰੋਫੈਸਰ ਰਿਹਾ ਮੈਂ, ਅਤੇ ਉਸ ਤੋਂ ਬਾਅਦ ਵਿੱਚ ਸੋਚਦੇ ਸੋਚਦੇ ਵੀ ਸੋਚਿਆ ਕਿ ਚਲੋ ਆਪਣਾ ਇੱਕ ਬਿਜ਼ਨਸ ਦਾ ਸੈਟਅਪ ਹੋਣਾ ਚਾਹੀਦਾ ਆ, ਅਤੇ ਫਿਰ ਮੈਂ ਇਹ ਜਿਹੜਾ ਸੈਟਅਪ ਆ ਉਹ ਓਪਨ ਕੀਤਾ ਬਟਾਲੇ ਸ਼ਹਿਰ ਦੇ ਵਿੱਚ। ਐਮਏ ਇੰਗਲਿਸ਼ ਕਰਨ ਤੋਂ ਬਾਅਦ ਤੁਸੀਂ ਇੱਕ ਟੀਚਰ ਰਹੇ ਹੋ, ਪ੍ਰੋਫੈਸਰ ਕਾਲਜ ਦੇ ਵਿੱਚ, ਤੇ ਫਿਰ ਇੱਕ ਫੂਡ ਟਰੱਕ ਸ਼ੁਰੂ ਕਰਨਾ, ਇੱਕ ਡਿਫਰੈਂਟ ਜੀ ਗੱਲ ਨਹੀਂ ਲੱਗੀ? ਹਾਂ, ਪੜ੍ਹਨ ਦਾ ਵੀ ਬਹੁਤ ਸ਼ੌਂਕ ਰਿਹਾ ਮੈਨੂੰ, ਅਤੇ ਫਿਰ ਕਾਲਜ ਤੋਂ ਪਾਸ ਆਊਟ ਹੁੰਦਿਆਂ ਹੀ ਮੈਨੂੰ ਜੋਬ ਮਿਲ ਗਈ ਕਾਲਜ ਦੇ ਵਿੱਚ, ਇੱਕ ਦੇ ਵਿੱਚ ਐਜ਼ ਆ ਅਸਿਸਟੈਂਟ ਪ੍ਰੋਫੈਸਰ ਇੰਗਲਿਸ਼ ਦਾ ਮੈਂ ਰਿਹਾ ਹਾਂ, ਅਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਵਿਦੇਸ਼ ਜਾਣ ਦਾ ਸੋਚਿਆ ਸੀਗਾ ਮੈਂ, ਪਰ ਫਿਰ ਸੋਚਿਆ ਕਿ ਆਪਣੀ ਫੈਮਿਲੀ ਦੇ ਵਿੱਚ ਰਹਾਂ, ਅਤੇ ਜੋਬ ਤੋਂ ਇਲਾਵਾ ਕੋਈ ਇੱਦਾਂ ਦਾ ਬਿਜ਼ਨਸ ਸੈਟਅਪ ਕੀਤਾ ਜਾਵੇ ਕਿ ਜਿਹਦੇ ਨਾਲ ਅਸੀਂ ਫੈਮਿਲੀ 'ਚ ਵੀ ਰਹੀਏ ਅਤੇ ਇਨਕਮ ਵੀ ਹੁੰਦੀ ਰਹੇ ਨਾਲ। ਫੈਮਿਲੀ ਦੀ ਸਪੋਰਟ ਬਹੁਤ ਜ਼ਿਆਦਾ ਆ, ਕਿਉਂਕਿ ਇੱਕ ਪ੍ਰੋਫੈਸਰੇਟ ਲੈਵਲ ਤੋਂ ਇੱਕ ਜੋਬ ਨੂੰ ਡਰੋਪ ਕਰਨਾ, ਅਤੇ ਉਸ ਤੋਂ ਬਾਅਦ ਦੇ ਵਿੱਚ ਫੈਮਿਲੀ ਦੀ ਐਕਸੈਪਟੈਂਸ ਕਿ ਉੱਧਰ ਹਰ ਮਹੀਨੇ ਲਗਾਤਾਰ ਪੈਸੇ ਆ ਹੀ ਰਹੇ ਆ ਅਤੇ ਲਗਾਉਣਾ ਕੁਛ ਨਹੀਂ ਹੈ, ਪਲੱਸ ਇਹਦੇ 'ਤੇ ਖੁਦ ਸਾਰੇ ਪੈਸੇ ਲਗਾਉਣੇ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਵੀ ਉਸਨੂੰ ਚੰਗੇ ਤਰੀਕੇ ਨਾਲ ਸੈਟਅਪ ਕਰਨਾ, ਇੱਕ ਫੈਮਿਲੀ ਦਾ ਪੇਸ਼ੈਂਸ ਲੈਵਲ ਹੋਣਾ ਅਤੇ ਨਾਲ ਖੜ੍ਹੇ ਹੋਣ ਦਾ ਲੈਵਲ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ, ਔਰ ਬਾਕੀ ਮੇਰੇ ਫਰੈਂਡਸ ਨੇ ਵੀ ਬਹੁਤ ਜ਼ਿਆਦਾ ਸਾਥ ਦਿੱਤਾ ਆ। ਆਪਾਂ ਉਹ ਸੋਚਦੇ ਕਿ ਇਹ ਜੋਬ ਜਿਹੜੀ
ਹੈ ਬੜੀ ਛੋਟੀ ਹੈ ਤੇ ਚੀਜ਼ ਲੋਕਾਂ ਦੀ ਮੈਂਟੈਲਿਟੀ ਹੈ ਤੇ ਤੁਸੀਂ ਇੱਕ ਐਜੂਕੇਸ਼ਨਿਸਟ ਹੋ ਤੇ ਤੁਹਾਨੂੰ ਇਹ ਚੀਜ਼ ਫੇਸ ਆਈ ਕਦੀ ਕਿ ਤੁਹਾਡੇ ਆਪਣੇ ਫਰੈਂਡ ਸਰਕਲ ਸੀ ਜਾਂ ਤੁਹਾਡੇ ਰਿਲੇਟਿਵਸ ਦੇ ਵਿੱਚ ਕਿ ਯਾਰ ਪ੍ਰੋਫੈਸਰ ਤੂੰ ਕੀ ਕਰਨ ਲੱਗ ਪਿਆ ਤੈਨੂੰ ਕੀ ਲੋੜ ਹੈ ਨਹੀਂ ਏਦਾਂ ਦਾ ਕਦੇ ਮੈਨੂੰ ਕੋਈ ਇਸ਼ੂ ਤਾਂ ਨਹੀਂ ਆਇਆ ਲੇਕਿਨ ਜੋ ਸਾਡਾ ਮੈਨਿਊ ਹੈ ਜੇ ਸਾਡੀਆਂ ਜੋ ਵੀ ਸਿਲੈਕਟਿਵ ਆਈਟਮਸ ਜਿਹੜੀਆਂ ਸਾਡੀਆਂ ਹੈਗੀਆਂ ਨੇ ਉਹ ਬਹੁਤ ਹੀ ਚੂਜ਼ੀ ਨੇ ਔਰ ਤੁਸੀਂ ਦੇਖੋਗੇ ਕਿ ਸਾਡੀਆਂ ਹੋਟਲ ਲੈਵਲ ਦੀਆਂ ਔਰ ਰੈਸਟੋਰੈਂਟ ਲੈਵਲ ਦੀਆਂ ਸਾਡੀਆਂ ਆਈਟਮਸ ਨੇ ਫੂਡ ਆਈਟਮਸ ਨੇ ਔਰ ਜਿਹੜੀਆਂ ਤੁਹਾਨੂੰ ਬਹੁਤ ਰੇਅਰ ਮਿਲਣਗੀਆਂ ਆਸ ਪਾਸ ਤੋਂ ਸੋ ਅਗਰ ਤੁਸੀਂ ਟਰਾਈ ਕਰੋਗੇ ਸੱਚਮੁੱਚ ਤੁਹਾਨੂੰ ਲੱਗੂਗਾ ਫਰਕ ਪਤਾ ਲੱਗੇਗਾ ਇਹਦੇ ਬਾਰੇ ਜੀ ਇਹਦੀ ਖਾਸ ਟ੍ਰੇਨਿੰਗ ਹੁੰਦੀ ਹੈ ਇੰਸਟੀਟਿਊਟ ਨੇ ਸੋ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਔਰ ਉਸ ਟ੍ਰੇਨਿੰਗ ਤੋਂ ਬਾਅਦ ਦੇ ਵਿੱਚ ਫਿਰ ਅਸੀਂ ਇਸ ਨੂੰ ਲਾਂਚ ਕਰ ਪਾਏ ਲੋਕਾਂ ਦਾ ਪਿਆਰ ਬਹੁਤ ਜ਼ਿਆਦਾ ਹੈ ਅਤੇ ਲੋਕ ਖਾ ਕੇ ਬਹੁਤ ਖੁਸ਼ ਹੁੰਦੇ ਨੇ ਸਮਾਈਲ ਕਰਦੇ ਨੇ ਔਰ ਦੱਸਦੇ ਨੇ ਕਿ ਬਹੁਤ ਅੱਛਾ ਟੇਸਟ ਹੈ ਅਤੇ ਹੁਣੇ ਜੀ ਅਸੀਂ ਕੁੱਲੜ ਪੀਜ਼ਾ ਵੀ ਲਾਂਚ ਕੀਤਾ ਸੀਗਾ ਔਰ ਪੂਰੇ ਬਟਾਲਾ ਸ਼ਹਿਰ ਤੋਂ ਹੀ ਲੋਕ ਜਿਹੜੇ ਆ ਉਹ ਆ ਰਹੇ ਆ ਟੇਸਟ ਕਰਨ ਦੇ ਲਈ ਵੈਜ ਵਿੱਚ ਵੀ ਨੋਨ ਵੈਜ ਦੇ ਵਿੱਚ ਵੀ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਲੋਕਾਂ ਦਾ ਹਾਂ ਈਵਨ ਜਿੰਨੀਆਂ ਵੀ ਲਾਗੇ ਸਾਰੀਆਂ ਬੈਂਕਸ ਪੈਂਦੀਆਂ ਨੇ ਆਇਲਸ ਆਫਿਸਿਸ ਨੇ ਔਰ ਉਸ ਤੋਂ ਬਾਅਦ ਵਿੱਚ ਇਮੀਗ੍ਰੇਸ਼ਨ ਆਫਿਸਿਸ ਨੇ ਫਿਰ ਮੋਟਰ ਸੈਕਟਰ ਦੇ ਆਫਿਸਿਸ ਨੇ ਸ਼ੋਪਸ ਨੇ ਤਾਂ ਉਹ ਸਾਰੇ ਹੀ ਜਿਹੜੇ ਬਹੁਤ ਪਸੰਦ ਕਰਦੇ ਨੇ ਕਾਲ 'ਤੇ ਔਡਰ ਕਰਦੇ ਨੇ ਔਡਰ ਪ੍ਰਿਪੇਅਰ ਹੁੰਦਾ ਸੋ ਕਈ ਵਾਰ ਜੇ ਸਾਡੇ ਕੋਲ ਟਾਈਮ ਹੋਵੇ ਮੈਂ ਦੇ ਆਉਂਦਾ ਹਾਂ ਅਤੇ ਨਹੀਂ ਤਾਂ ਫਿਰ ਉਹ ਖੁਦ ਆ ਕੇ ਫਿਰ ਲੈ ਜਾਂਦੇ ਨੇ